ਸੁਹੇਲ ਬਲੋਚ ਸਾਹਿਬ ਨੇ ਕਿਹਾ ਜੇ ਤੂੰ ਹੜਤਾਲ ਦੇਣਾ ਨਾ ਇਸ ਤੇਰੀ ਬਾਕੀ ਦੀਆਂ ਕਮੇਟੀਆਂ ਨਹੀਂ ਦੇਣੀਆਂ। 26,000 ਦੀ ਕਮੇਟੀ ਸੀ ਪਹਿਲੀ ਬਲੋਚ ਸਾਹਿਬ ਨੇ ਲੈ ਲਈ ਤੇ ਬਾਕੀ 29 ਪਈਆਂ ਨੇ। ਨਾਲੇ ਕਹਿੰਦੇ ਹੜਤਾਲ ਤੇ ਆਉਂਦੀ ਵਾਰੀ ਬਿਰਿਆਨੀ ਪਕਾ ਕੇ ਲਿਆਈ। ਬੰਦਾ ਪੁੱਛੇ ਹੜਤਾਲ ਤੇ ਬੁਲਾਇਆ ਵਾ ਕਿ CVO ਤੇ ਬੁਲਾਇਆ ਵਾ। ਉੱਤੋਂ ਗਵਰਨਮੈਂਟ ਵੀ ਨਹੀਂ ਸਾਡੀ ਮੰਨਦੀ ਪਈ। 8 ਦਿਨ ਹੋ ਗਏ ਨੇ ਜਹਾਜ਼ 'ਚ ਸੁਪਾਰੀਆਂ ਵੀ ਨਹੀਂ ਵੇਚੀਆਂ। ਬਾਜੀ ਸੁਣਿਆ ਨਹੀਂ ਕੋਈ ਏਅਰ ਹੋਸਟਸ ਜਹਾਜ਼ 'ਚ ਸੁਪਾਰੀਆਂ ਵੇਚਦੀ ਹੋਵੇ, ਇਹਦਾ ਮਤਲਬ ਫਿਊਚਰ ਦੇ ਵਿੱਚ ਪੈਂਪਰ ਵੀ ਰੱਖੋਗੇ। ਮੈਨੂੰ ਟੈਨਸ਼ਨ ਪਈ ਤੇ ਤੈਨੂੰ ਮਜ਼ਾਕ ਸੋਚਣ ਦਿਆ। ਤੈਨੂੰ ਕੀ ਪਤਾ ਹੋਵੇ ਹਵਾਈ ਰੋਜ਼ੀ ਕਮਾਉਣਾ ਕਿੱਡਾ ਔਖਾ ਹੁੰਦਾ। ਪੇਂਡੂਆਂ ਦੀ ਵੀ ਇੱਜ਼ਤ ਕਰਨੀ ਪੈਂਦੀ ਹੈ। ਘਰ ਤੇ ਕਦੀ ਮੈਂ ਆਪਣੇ ਬੰਦੇ ਦੀ ਇੱਜ਼ਤ ਨਹੀਂ ਕੀਤੀ। ਕਿਆ ਤੁਹਾਡੇ ਮੁਤਾਲਬਾਤ ਹਕੂਮਤ ਮੰਨ ਲੈਗੀ? ਨਜਾਇਜ਼ ਮੁਤਾਲਬਾਤ ਕੌਣ ਮੰਨਦਾ ਵਾ? ਸਹੀ ਪੁੱਛੇ ਤੇ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ। ਇਹ ਤੇ ਪਤਾ ਨਹੀਂ ਕਿਹਨੂੰ ਮੌਤ ਪਈ ਆ। ਸੁਹੇਲ ਬਲੋਚ ਸਾਹਿਬ ਦੀ ਅਕਲ ਤੇ ਕਿਸੇ ਨੇ ਦੁਪੱਟਾ ਪਾ ਦਿੱਤਾ ਹੈ। ਮੈਂ ਤੇ ਕਿਹਾ ਸੀ ਹੜਤਾਲ ਰਹਿਣ ਦਿਓ, ਉਂਝ 10-12 ਗੱਡੀਆਂ ਦੇ ਸ਼ੀਸ਼ੇ ਭੰਨ ਦਿੰਨੇ ਆ।